3, 2, 1, ladies and gentlemen, please welcome Mr. Navjot Singh Sidhu with me. ਦੱਸੋ ਫਿਰ ਨਵਜੋਤ ਸਿੰਘ ਜੀ ਕੀ ਹਾਲ ਹੈ ਤੁਹਾਡਾ? ਹਾਂਜੀ ਆਪਣੇ ਵਧੀਆ, ਚੜ੍ਹਦੀ ਕਲਾ ਟਾਈਮ ਟੀਵੀ ਤੇ ਇੱਕ ਗੱਲ ਯਾਦ ਆਈ ਕਿ ਜਦੋਂ ਵੀ ਕੋਈ ਪੁੱਛਦਾ ਹੁੰਦਾ ਸੀ ਤਾਂ ਹਾਂਜੀ ਕੀ ਹਾਲ ਹੈ ਤਾਂ ਨੋਰਮਲੀ ਪੰਜਾਬੀ 'ਚ ਆਪਾਂ ਕਹਿੰਦੇ ਹਾਂਜੀ ਚੜ੍ਹਦੀ ਕਲਾ, ਤਾਂ ਆਪਣੇ ਇੱਕ ਚੈਨਲ ਵੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਦਾ, ਫਿਰ ਉਹ ਮੈਂ ਕਿਤੇ ਸੁਣਿਆ ਸੀ ਜਦੋਂ ਕੋਈ ਵੀ ਕਿਸੇ ਨੂੰ ਕੋਈ ਉਹਨੂੰ ਪੁੱਛਣ ਲੱਗਿਆ ਹਾਂਜੀ ਵੀਰੇ ਕੀ ਹਾਲ, ਉਹ ਕਹਿੰਦੇ ਚੜ੍ਹਦੀ ਕਲਾ ਟਾਈਮ ਟੀਵੀ, ਉਦੋਂ ਤਾਂ ਮੇਰਾ ਵੀ ਇਹੀ ਰਿਪਲਾਈ ਰਹਿੰਦਾ ਜਦੋਂ ਵੀ ਪੁੱਛਦਾ ਤਾਂ। ਹਾਂਜੀ ਹੋਰ ਆਪਣੇ ਸੁਣਾਓ ਬਲਕਰਨ ਸਿੰਘ, ਕਿਵੇਂ ਚੱਲ ਰਿਹਾ ਸਭ ਕੁਛ? ਬਸ ਜੀ ਵਧੀਆ ਵੀਰੇ, ਆਪਾਂ ਪਿੰਡ ਆਏ ਹੋਏ ਸੀਗੇ ਇੱਥੇ ਅਤੇ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਅੱਜ, ਅਤੇ ਇੱਥੇ ਬਹੁਤ ਹੀ ਵਧੀਆ ਮੌਸਮ ਹੈ, ਆਪਾਂ ਖੇਤਾਂ 'ਚ ਬੈਠੇ ਹਾਂ ਅਤੇ ਹੋਰ ਤਾਂ ਮੈਂ ਕੀ ਸੁਣਾਵਾਂ। ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਅੱਜ, ਅਤੇ ਜਿਵੇਂ ਆਪਾਂ ਬਚਪਨ 'ਚ ਨਾਲ ਹੀ ਪੜ੍ਹੇ ਹਾਂ ਸਕੂਲ ਤੋਂ ਫਰੋਮ ਦਾ ਵੈਰੀ ਬਿਗਨਿੰਗ, ਅਤੇ ਆਪਣੀ ਲੰਬੀ ਜਰਨੀ ਰਹੀ ਹੈ ਨਾਲ, ਆਪਾਂ ਜਿਵੇਂ ਕਹਿੰਦੇ ਲੰਗੋਟੀਏ ਯਾਰ ਰਹੇ ਹਾਂ। ਅਤੇ ਅੱਜ ਮਤਲਬ ਮੈਂ ਪਹਿਲੀ ਗੱਲ ਤਾਂ ਸੁੱਥੋਂ ਹੀ ਦੋ ਤਿੰਨ ਵਧੀਆ ਵਧੀਆ ਪੰਜਾਬੀ ਗਾਣੇ ਸੁਣਨੇ ਆ ਤਾਂ ਕਿ ਮੇਰੀ ਰੂਹ ਨੂੰ ਥੋੜ੍ਹੀ ਸ਼ਾਂਤੀ ਮਿਲੇ, ਜਿਹੜੀ ਉਹ ਭੱਜ ਦੌੜ ਆ ਲਾਈਫ ਦੀ ਉਸ ਤੋਂ ਥੋੜ੍ਹਾ ਮੈਨੂੰ ਸ਼ਾਂਤੀ ਮਿਲੇ। ਅਤੇ ਦੂਜੀ ਗੱਲ ਵੀ ਆਪਣੇ ਥੋੜ੍ਹਾ ਹੋਰ ਗੱਲਾਂ ਬਾਤਾਂ ਕਰਾਂਗੇ। ਪਹਿਲੀ ਗੱਲ ਤੁਹਾਨੂੰ ਵਧਾਈਆਂ ਫੋਰ ਗੈਟਿੰਗ ਮੈਰਿਡ, ਅਤੇ ਉਹ ਦੱਸੋ ਕਿੱਦਾਂ ਚੱਲ ਰਹੀ ਹੈ ਹੁਣ ਮੈਰਿਡ ਲਾਈਫ ਤੁਹਾਡੀ? ਫਸਟ ਆਫ ਆਲ ਥੈਂਕਸ ਫੋਰ ਪ੍ਰੇਜ਼ਿੰਗ ਮਾਈ ਟੈਲੈਂਟ, ਸਿੰਗਿੰਗ ਟੈਲੈਂਟ। ਐਕਚੁਲੀ ਮੈਂ ਆਪਦੇ ਇਸ ਟੈਲੈਂਟ 'ਤੇ ਕਦੇ ਕੋਈ ਐਂ ਸਪੈਸ਼ਲੀ ਵਰਕ ਨਹੀਂ ਕੀਤਾ, ਗੋਡ ਗਿਫਟਡ ਹੈ ਜੋ ਵੀ ਚੀਜ਼ ਹੈ, ਅਤੇ ਉਹਨੂੰ ਬਸ ਕਦੇ ਕੋਈ ਫਰੀ ਟਾਈਮ ਹੁੰਦਾ ਹੈ ਜਾਂ ਕਦੇ ਵੀ ਕੋਈ ਫਰਸਟ੍ਰੇਸ਼ਨ ਹੁੰਦੀ ਹੈ ਤਾਂ ਉਸ ਚੀਜ਼ ਤੋਂ ਮੈਨੂੰ ਇਹ ਮੇਰਾ ਵੇ ਆਊਟ ਹੈ, ਮੈਂ ਟਰਾਈ ਕਰਦਾ ਸਿੰਗਿੰਗ ਵਗੈਰਾ ਕਰਨ ਦੀ। ਐਂਡ ਸੈਕਿੰਡ ਥਿੰਗ ਮੈਰਿਡ ਲਾਈਫ, ਇਟਸ ਆਲ ਗੋਇੰਗ ਗੁੱਡ ਐਂਡ ਆਈ ਹੈਵ ਫਾਊਂਡ ਵਨ ਆਫ ਦ ਬੈਸਟ ਪਰਸਨ ਆਫ ਮਾਈ ਲਾਈਫ। ਸ਼ੀ ਇਜ਼ ਰੀਅਲੀ ਵਨ ਆਫ ਦ ਨਾਈਸੈਸਟ ਪਰਸਨ ਆਈ ਹੈਵ ਐਵਰ ਮੈਟ, ਐਂਡ ਆਈ ਫੀਲ ਬਲੈਸਡ ਦੈਟ ਸ਼ੀ ਹੈਜ਼ ਬਿਕਮ ਮਾਈ ਪਾਰਟਨਰ। ਬਹੁਤ ਵਧੀਆ ਮੈਨੂੰ, ਐਂਡ ਦਿਸ ਇਜ਼ ਇਹ ਸਭ ਤੋਂ ਬਹੁਤ ਵਧੀਆ ਲਾਈਫ ਦੀ ਇੱਕ ਚੀਜ਼ ਹੈ ਕਿ ਆਪਾਂ ਨੂੰ ਇਹੋ ਜਿਹਾ ਲਾਈਫ ਪਾਰਟਨਰ ਮਿਲਣਾ ਜਿਸ 'ਚ ਤੁਹਾਨੂੰ ਇੰਨੀ ਸਾਰੀ ਪੋਜ਼ੀਟਿਵ ਥਿੰਗਸ ਮਿਲਦੀਆਂ, ਐਂਡ ਆਪਾਂ ਦੇਣੇ ਆਪਣੇ ਆਸੇ ਪਾਸੇ ਕਈ ਵਾਰ ਕਿ ਲੋਕਾਂ ਦੀ ਲਾਈਫ ਕਿਵੇਂ ਕਈ ਵਾਰੀ ਉਹਨਾਂ ਦੇ ਸਹੀ ਪਾਰਟਨਰ ਨਾ ਮਿਲ ਕਰਨੇ ਪ੍ਰੋਬਲਮਸ ਆ ਜਾਂਦੀਆਂ ਲਾਈਫ 'ਚ, ਐਂਡ ਇਸੇ ਕਰਕੇ ਮੈਂ ਆਪਦੇ ਆਪ ਨੂੰ ਬਲੈਸਡ ਕਿ ਮੈਂ ਬਹੁਤ ਬਲੈਸਡ ਹੈ ਕਿ ਹਾਂ ਮੈਂ ਇਸ ਚੀਜ਼ ਤੋਂ ਬਚਿਆ ਅਤੇ ਮੈਨੂੰ ਵਧੀਆ ਲਾਈਫ ਪਾਰਟਨਰ ਮਿਲਿਆ। ਮੈਨੂੰ ਵਧੀਆ ਲੱਗਿਆ ਤੁਹਾਡਾ ਸੁਣ ਕੇ ਕਿ ਬਹੁਤ ਹੈਪੀ ਹੋ ਤੁਸੀਂ, ਐਂਡ ਆਪਾਂ ਇਸ ਚੀਜ਼ ਨੂੰ ਬਹੁਤ ਅੰਡਰ ਐਸਟੀਮੇਟ ਵੀ ਕਰ ਜਾਂਦੇ ਹਾਂ, ਬੰਦਾ ਇੰਨਾ ਸੋਚਦਾ ਵੀ ਨਹੀਂ ਹੈ। ਕਈ ਵਾਰ ਫ੍ਰੀਕੁਐਂਸੀਜ਼ ਮਿਲਣੀ ਚਾਹੀਦੀ ਹੈ, ਤੁਹਾਡੀ ਵਾਈਬਸ ਮਿਲਣੀਆਂ ਚਾਹੀਦੀਆਂ, ਅਤੇ ਕਈ ਵਾਰ ਬਹੁਤ ਹੀ ਈਜ਼ੀਲੀ ਅੰਡਰਸਟੈਂਡਿੰਗ ਵੀ ਹੋਣੀ ਚਾਹੀਦੀ ਹੈ ਦੋਨਾਂ 'ਚ। ਅੰਡਰਸਟੈਂਡਿੰਗ ਜ਼ਰੂਰੀ ਨਹੀਂ ਹੁੰਦਾ ਕਿ ਹਾਂਜੀ ਜੋ ਤੁਹਾਨੂੰ ਪਾਰਟਨਰ ਮਿਲਿਆ ਜੋ ਤੁਸੀਂ ਚਾਹੁੰਦੇ ਸੀ 100% ਉਹੀ ਚੀਜ਼ ਹੋਵੇ, ਜਾਂ ਤੁਹਾਡਾ ਪਾਰਟਨਰ ਜਿਹੜੀ ਤੁਹਾਡੇ 'ਚੋਂ ਚੀਜ਼ਾਂ ਚਾਹੁੰਦਾ ਸੀ ਤੁਸੀਂ ਉਹੀ 100% ਹੈਗੇ ਹੋ, ਤਾਂ ਇੱਥੇ ਡਿਪੈਂਡ ਕਰਦਾ ਕਿ ਤੁਹਾਡੀਆਂ ਆਪਸ 'ਚ ਮਿਊਚੁਅਲ ਅੰਡਰਸਟੈਂਡਿੰਗਸ, ਜੋ ਉਸ 'ਚ ਜਿਹੜੀਆਂ ਕੋਈ ਵੀਕਨੈਸਿਸ ਹੈਗੀਆਂ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਕਵਰ ਅਪ ਕਰਦੇ ਹੋ, ਤੁਹਾਡੀਆਂ ਜਿਹੜੀਆਂ ਵੀਕਨੈਸਿਸ ਹੈ ਉਹਨਾਂ ਨੂੰ ਉਹ ਕਿਵੇਂ ਕਵਰ ਅਪ ਕਰਦੇ, ਜਾਂ ਉਹਨਾਂ ਨੂੰ ਐਵੇਂ ਨੈਗੇਟਿਵਲੀ ਨਹੀਂ ਲੈਂਦੇ ਵੀ ਹਾਂ ਇਹ ਤਾਂ ਐਵੇਂ ਕਰ ਨਹੀਂ ਸਕਦੇ ਤਾਂ ਪਤਾ ਨਹੀਂ ਯਾਰ ਸਹੀ ਪਰਸਨ ਨਹੀਂ ਹੈਗਾ, ਉਹਨਾਂ ਚੀਜ਼ਾਂ ਨੂੰ ਛੱਡ ਕੇ ਜਿੰਨੀ ਮੰਨ ਲਓ ਜੇ ਕੋਈ 10% 20% ਚਾਹੇ ਜਿੰਨੇ ਪਰਸੈਂਟ ਵੀ ਨੈਗੇਟਿਵਿਟੀਜ਼ ਹੈਗੀਆਂ ਉਹਨਾਂ ਨੂੰ ਛੱਡ ਕੇ ਜਿੰਨੀ ਪੋਜ਼ਿਟਿਵਿਟੀਜ਼ ਹੈ ਉਹਨਾਂ 'ਤੇ ਧਿਆਨ ਰੱਖਣਾ, ਉਹਨਾਂ ਨੂੰ ਆਪਦੀ ਖੁਸ਼ ਨਸੀਬ ਮੰਨਣਾ ਕਿ ਹਾਂ ਇਹਨਾਂ 'ਚ ਪੋਜ਼ਿਟਿਵਿਟੀਜ਼ ਚੀਜ਼ਾਂ ਹੈਗੀਆਂ। ਮੈਨੂੰ ਲੱਗਦਾ ਯਾਰ ਨਵਜੋਤ ਵੀ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਪਰਫੈਕਟ ਪਰਸਨ ਤਾਂ ਯਾਰ ਕੋਈ ਨਹੀਂ ਹੁੰਦਾ, ਪਰਫੈਕਟ ਮੈਂ ਨਹੀਂ ਹਾਂ ਤੂੰ ਨਹੀਂ ਹੈ ਕੋਈ ਬੰਦਾ ਪਰਫੈਕਟ ਨਹੀਂ ਹੈ ਇਸ ਦੁਨੀਆ 'ਚ, ਬਟ ਸਪੈਸ਼ਲੀ ਕੋਈ ਵੀ ਰਿਲੇਸ਼ਨਸ਼ਿਪ 'ਚ ਨਾ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਤੁਸੀਂ ਕਿੰਨਾ ਕੁ ਪਰਫੈਕਟ ਬਣਨਾ ਚਾਹੁੰਦੇ ਹੋ ਦੂਜੇ ਪਰਸਨ ਲਈ, ਉਹਨੂੰ ਕਿੰਨਾ ਸਮਝਣਾ ਚਾਹੁੰਦੇ ਹੋ, ਤੁਸੀਂ ਥੋੜ੍ਹਾ ਜਿਹਾ ਕਿਤੇ ਝੁਕਣਾ ਹੈ, ਤੁਸੀਂ ਕਿੱਥੇ ਝੁੱਕ ਸਕਦੇ ਹੋ, ਕਿੱਥੇ ਦੂਜਾ ਬੰਦਾ ਝੁਕੂਗਾ, ਬਸ ਉਹ ਹੀ ਹੁੰਦਾ ਯਾਰ, ਕੋਈ ਜ਼ਿਆਦਾ ਲੰਬੀ ਟਫ ਵੀ ਨਹੀਂ ਹੈ ਜ਼ਿਆਦਾ, ਐਂਡ ਈਜ਼ੀ ਚੀਜ਼ ਵੀ ਨਹੀਂ ਹੈ। ਬਸ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਆਪਾਂ ਇੱਥੋਂ ਹੀ ਪਤਾ ਚੱਲਦਾ ਕਿ ਆਪਣਾ ਪਾਰਟਨਰ ਕਿੰਨਾ ਆਪਣੇ ਇਸ ਰਿਲੇਸ਼ਨਸ਼ਿਪ 'ਚ ਆਪਦੀ ਇਨਵੋਲਵਮੈਂਟ ਸ਼ੋਅ ਕਰ ਰਿਹਾ ਕਿ ਮੇਰੀ ਵਾਈਫ ਨੇ ਅਰਾਊਂਡ ਹੁਣ ਉਹਨਾਂ ਨੂੰ ਗਿਆ ਨੂੰ ਅਰਾਊਂਡ 2 ਮੰਥ ਹੋ ਗਏ ਇੱਥੋਂ ਕੈਨੇਡਾ ਚਲੇ ਗਏ, ਤਾਂ ਉਹਨਾਂ ਨੇ ਪਿਛਲੇ 2-3 ਵੀਕ ਹੋ ਗਏ ਕਿ ਉਹਨਾਂ ਨੇ ਇੱਕ ਆਈਡੀਆ ਲੈ ਕੇ ਆਏ ਕਿ ਆਪਾਂ ਵੀਕ 'ਚ ਮੈਂ ਵੀ ਜਿਵੇਂ ਅਰਾਊਂਡ 4-5 ਦਿਨ ਬਿਜ਼ੀ ਹੁੰਦੀ ਆਪਦੀ ਕਲਾਸਿਸ 'ਚ, ਤੁਸੀਂ ਵੀ ਚਲੋ ਜਿਵੇਂ ਟੀਚਿੰਗ ਪ੍ਰੋਫੈਸ਼ਨ ਮੈਂ ਜੁਆਇਨ ਕੀਤਾ ਹੋਇਆ ਤਾਂ ਉਸ 'ਚ ਤੁਸੀਂ ਬਿਜ਼ੀ ਹੁੰਦੇ ਹੋ, ਤਾਂ ਆਪਾਂ ਇੱਕ ਐਵੇਂ ਦਾ ਹਰ ਵੀਕ ਇੱਕ ਟਾਸਕ ਰੱਖਿਆ ਕਰਾਂਗੇ ਦੋਨਾਂ ਵਾਸਤੇ ਕਿ ਜਿਵੇਂ ਮੈਂ ਕੋਈ ਟਾਸਕ ਤੁਹਾਡੇ ਤੋਂ ਕਰਵਾਉਣਾ,
ਤਾਂ ਮੈਂ ਤੁਹਾਨੂੰ ਟਾਸਕ ਕਹੂੰਗੀ ਕਿ ਹਾਂ ਨੈਕਸਟ ਵੀਕਸ ਲਈ ਤੁਹਾਡਾ ਆਹ ਟਾਸਕ ਹੈ। ਫੋਰ ਐਗਜ਼ਾਮਪਲ ਜਿਵੇਂ ਮੇਰਾ ਫਸਟ ਟਾਈਮ ਦਾ ਟਾਸਕ ਸੀਗਾ ਕਿ ਮੈਂ ਇੱਕ ਸੌਂਗ 'ਤੇ ਭੰਗੜਾ ਕਰਨਾ ਸੀ ਕਿਸੇ ਵੀ ਸੌਂਗ 'ਤੇ, ਤਾਂ ਉਵੇਂ ਜਿਵੇਂ ਇਹ ਚੀਜ਼ਾਂ ਉੱਥੇ ਪਤਾ ਚੱਲਦਾ ਵੀ ਆਪਾਂ ਆਪਣੇ ਪਾਰਟਨਰ ਲਈ ਕੀ ਕੁਛ ਕਰ ਸਕਦੇ ਹਾਂ। ਕਈ ਚੀਜ਼ਾਂ ਹੁੰਦੀਆਂ ਆਪਾਂ ਲਾਈਫ 'ਚ ਕੀਤੀਆਂ ਨਹੀਂ ਹੁੰਦੀਆਂ ਕਦੇ, ਅਤੇ ਜੇ ਆਪਾਂ ਨੇ ਪਾਰਟਨਰ ਨੇ ਜਿਵੇਂ ਮੈਨੂੰ ਉਹਨੇ ਟਾਸਕ ਦਿੱਤਾ ਕਿ ਹਾਂ ਆਹ ਟਾਸਕ ਹੋਣਾ ਚਾਹੀਦਾ, ਆਹ ਕਰਨਾ ਤੁਸੀਂ ਇਸ ਵੀਕ ਟਾਸਕ, ਤਾਂ ਨਵੀਆਂ ਚੀਜ਼ਾਂ ਕਰਨ ਦਾ ਮੌਕਾ ਮਿਲਦਾ। ਅਤੇ ਉੱਥੇ ਆਪਾਂ ਆਪਣੀਆਂ ਬਾਉਂਡਰੀਜ਼ ਤੋਂ ਆਪਣੇ ਹਾਂ ਕੰਫਰਟ ਜ਼ੋਨ ਤੋਂ ਨਿਕਲ ਕੇ ਉਹਨਾਂ ਦੀ ਨੀਡਸ ਨੂੰ ਜਾਂ ਜ਼ਰੂਰ ਜੀਵਨ ਜਿਹੜੀ ਵਿਸ਼ ਆ ਉਹਨਾਂ ਦੀ ਪੂਰੀ ਕਰਦੇ ਹਾਂ, ਤਾਂ ਉੱਥੇ ਹੈਪੀਨੈਸ ਮਿਲਦੀ ਹੈ ਇਸ ਚੀਜ਼ ਦੀ ਕਿ ਹਾਂ ਉਹ ਮੇਰੇ ਲਈ ਐਵੇਂ ਕਰ ਰਹੇ ਆ, ਮੈਂ ਉਹਨਾਂ ਲਈ ਐਵੇਂ ਕਰ ਰਿਹਾ। ਐਕਚੁਲੀ ਉਹੀ ਹੈ ਕਿ ਇਹਨਾਂ ਤੁਸੀਂ ਰਿਲੇਸ਼ਨਸ਼ਿਪ 'ਚ ਇੱਕ ਫਰੈਂਡ ਵੀ ਬਣੋ, ਅਤੇ ਜਿਵੇਂ ਇੱਕ ਰੋਮੈਂਟਿਕ ਰਿਲੇਸ਼ਨਸ਼ਿਪ ਵੀ ਹੁੰਦਾ, ਅਤੇ ਫਿਰ ਤੁਸੀਂ ਇੱਕ ਫਰੈਂਡ ਵੀ ਬਣੋ, ਅਤੇ ਇੱਕ ਹੋਰ ਵੀ ਰਿਲੇਸ਼ਨ ਹੁੰਦੇ ਆ ਤੁਸੀਂ, ਮਤਲਬ ਉਹ ਪੂਰਾ ਆਲਰਾਊਂਡ ਪਰਫੋਰਮੈਂਸ ਅਗਰ ਮਿਲ ਜਾਏ ਤਾਂ ਫਿਰ ਕਿਆ ਹੀ ਬਾਤ ਹੈ। ਅਤੇ ਜਿਵੇਂ ਇੰਡੀਆ ਦਾ ਆਪਣੇ ਕਲਚਰ ਹੈਗਾ, ਆਪਣੇ ਰਿਲੇਸ਼ਨਸ਼ਿਪਸ 'ਚ ਐਵੇਂ ਨਹੀਂ ਹੁੰਦਾ ਕਿ ਇਕੱਲਾ ਹਸਬੈਂਡ ਵਾਈਫ ਹੁੰਦੇ ਆ, ਤਾਂ ਫੈਮਿਲੀਜ਼ ਵੀ ਇਨਵੋਲਵ ਹੋ ਜਾਂਦੀਆਂ। ਅਤੇ ਮੈਂ ਇਸ ਚੀਜ਼ 'ਚ ਵੀ ਬਲੈਸਡ ਮੰਨਦਾ ਆਪਣੇ ਆਪ ਨੂੰ ਕਿ ਮੇਰੀ ਵਾਈਫ, ਉਹਨਾਂ ਨੇ ਇਹ ਰੋਲ ਵੀ ਬਹੁਤ ਵਧੀਆ, ਮੰਨ ਲਓ ਮੇਰੀ ਫੈਮਿਲੀ ਜਾਂ ਮੇਰੇ ਰਿਲੇਟਿਵਸ, ਤਾਂ ਇਹ ਚੀਜ਼ਾਂ ਵੀ ਆਪਣੇ ਕਲਚਰ 'ਚ ਹੁੰਦੀਆਂ ਕਿ ਆਪਣੇ ਕੀ ਨਾਮ ਹੈ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਨੂੰ ਉਹ ਰੋਲ ਵੀ ਪਲੇ ਕਰਨਾ ਪੈਂਦਾ। ਇਹ ਚੀਜ਼ਾਂ ਕਈ ਵਾਰੀ ਮੈਂ ਹੁਣ ਤੱਕ ਇਹ ਚੀਜ਼ ਫੀਲ ਕੀਤੀ ਹੈ ਵੀ ਜਿਹੜੀ ਇਹ ਐਕਸਟਰਾ ਚੀਜ਼ਾਂ ਹੈ ਇਹ ਕਿਤੇ ਨਾ ਕਿਤੇ ਬੰਦੇ ਲਈ ਪੋਜ਼ਿਟਿਵਲੀ ਕੰਮ ਕਰਦੀਆਂ। ਫੋਰ ਐਗਜ਼ਾਮਪਲ ਮੰਨ ਲਓ ਆਪਾਂ ਰਿਲੇਸ਼ਨਸ਼ਿਪ 'ਚ ਹੈ ਹਜੇ, ਆਪਣੀ ਮੰਨ ਲਓ ਮੈਰਿਜ ਵਗੈਰਾ ਨਹੀਂ ਹੋਈ, ਤਾਂ ਆਪਣੇ ਦੋਨੇ ਇੱਕ ਦੂਜੇ ਨਾਲ ਹੈਗੇ ਆਪਾਂ ਕਨੈਕਸ਼ਨ 'ਚ, ਆਪਣੇ 'ਚ ਕੋਈ ਪ੍ਰੋਬਲਮ ਹੋ ਗਈ, ਮੈਨੂੰ ਗੁੱਸਾ, ਮੇਰੇ ਪਾਰਟਨਰ ਨੂੰ ਗੁੱਸਾ, ਤਾਂ ਮੈਂ ਵੀ ਨਹੀਂ ਆਪਦੀ ਈਗੋ ਛੱਡ ਰਿਹਾ, ਉਹ ਵੀ ਨਹੀਂ ਛੱਡ ਰਿਹਾ, ਤਾਂ ਕਈ ਵਾਰੀ ਉੱਥੇ ਆ ਕੇ ਪ੍ਰੋਬਲਮ ਹੋ ਜਾਂਦੀ ਹੈ ਕਿ ਦੋਨੇ ਹੀ ਨਹੀਂ ਚਾਹੁੰਦੇ। ਪਰ ਇੱਥੇ ਹੁਣ ਮੰਨ ਲਓ ਜੇ ਤੁਸੀਂ ਤੁਹਾਡੇ ਨਾਲ ਤੁਹਾਡੀ ਫੈਮਿਲੀ ਹੈ ਜਾਂ ਕਿਵੇਂ ਵੀ, ਤਾਂ ਤੁਹਾਡੇ 'ਚ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਕਈ ਵਾਰੀ ਦੂਜਿਆਂ ਨੂੰ ਵਿਖਾਉਣ ਵਾਸਤੇ ਉਹ ਚੀਜ਼ ਵੀ ਹਾਂ ਨਹੀਂ ਵੀ ਅਸੀਂ ਆਲ ਓਕੇ ਹੈ ਅਤੇ ਵੀ ਆਰ ਇਟਸ ਆਲ ਓਕੇ, ਬੇਬੇ ਤੋਂ ਡਰ ਲੱਗਦਾ ਵੀ ਚਿੱਤਰ ਪੈਣੇ ਆ। ਹਾਂ ਫਿਰ ਉੱਥੇ ਉਹ ਚੀਜ਼ਾਂ ਪੋਜ਼ਿਟਿਵ ਕੰਮ ਕਰਦੀਆਂ। ਐਂਡ ਕਈ ਵਾਰ ਇਹ ਵੀ ਬਹੁਤ ਸਹੀ ਹੁੰਦਾ ਕਿ ਸਪੈਸ਼ਲੀ ਜਿਵੇਂ ਆਪਣੇ ਮੰਮੀ ਲੋਕ ਨੇ, ਤਾਂ ਕਈ ਵਾਰ ਜਿਵੇਂ ਉਹ ਮੈਨੂੰ ਲੱਗਦਾ ਹੋਣਾ ਹੈ ਕਿ ਤੁਹਾਡੇ ਮੰਮੀ ਥੋੜ੍ਹਾ ਜਿਹਾ ਤੁਹਾਡੇ ਵਾਈਫ ਨੂੰ ਜ਼ਿਆਦਾ ਪ੍ਰਾਇਰਟੀ ਦਿੰਦੇ ਹੋਣੇ ਆ ਕਿ ਹਾਂ ਮਤਲਬ ਵੀ ਸਾਡਾ ਮੁੰਡਾ ਤਾਂ ਵਿਗੜਿਆ ਹੋਣਾ, ਇਹ ਗਲਤ ਕੰਮ ਕੁਛ ਕਰਦਾ ਹੋਣਾ, ਉਹ ਕੁੜੀ ਤਾਂ ਸਾਡੀ ਸਹੀ ਆ, ਮਤਲਬ ਉਹਦੇ ਹਮੇਸ਼ਾ ਸਪੋਰਟ ਕਰਦੇ ਹੋਣੇ। ਆਈ ਥਿੰਕ ਉਹ ਵੀ ਬਹੁਤ ਹੀ ਇੱਕ ਬਲੈਸਿੰਗ ਜੀ ਹੋ ਜਾਂਦੀ ਹੈ, ਮਤਲਬ ਐਵੇਂ ਲੱਗਦਾ ਕਿ ਯਾਰ ਕਦੇ ਕਦੇ ਮੈਂ ਵੀ ਤੁਹਾਨੂੰ ਐਵੇਂ ਲੱਗਦਾ ਹੋਣਾ ਕਿ ਯਾਰ ਲੈ ਮੇਰਾ ਮੇਰੀ ਸਪੋਰਟ ਹੋ ਨਹੀਂ ਰਹੀ ਹੈ, ਉਹਦੀ ਸਪੋਰਟ ਹੋ ਰਹੀ ਹੈ, ਬਟ ਫਿਰ ਵੀ ਸਟਿਲ। ਇੱਕ ਮੈਨੂੰ ਯਾਦ ਆਇਆ, ਮੈਂ ਸ਼ੇਅਰ ਕਰਨਾ ਚਾਹੁੰਦਾ, ਤੁਸੀਂ ਕਿਹਾ ਕਿ ਬਾਉਂਡਰੀ ਪੁਸ਼ ਕਰਦੇ ਹੋ, ਅਤੇ ਮੈਂ ਵੀ ਮਤਲਬ ਕਿਸੇ ਲਈ ਹੁਣ ਬਹੁਤ ਰੀਸੈਂਟਲੀ ਬਰਥਡੇ 'ਤੇ ਮੈਨੂੰ ਮੈਂ ਕਿਸੇ ਨੂੰ ਗਿਫਟ ਕੀਤਾ ਸੀ, ਵੈਸੇ ਮੈਨੂੰ ਤੁਹਾਨੂੰ ਪਤਾ ਹੋਣਾ ਕਿ ਮੇਰੀ ਡਰਾਇੰਗ ਰਫ ਤੋਂ ਭਗਵਾਨ ਹੀ ਜਾਣਦਾ ਹੈ, ਤੁਸੀਂ ਜਾਣਦੇ ਹੋ ਮੇਰੀ ਡਰਾਇੰਗ ਐਂਡ ਆਰਟ ਕਰਾਫਟ, ਇਮੈਜਿਨ ਦੈਟ ਯੂ ਕੈਨ ਡਰਾ, ਉਹਦਾ ਮਤਲਬ ਰੱਬ ਨੇ ਦਿੱਤੀ ਨਹੀਂ ਬਿਲਕੁਲ ਹੀ ਕਲਾ, ਅਤੇ ਪਰ ਮਤਲਬ ਮੈਂ ਉਸੇ ਟਾਈਪ ਦਾ ਕੁਛ ਕੀਤਾ ਸੀ, ਮੈਂ ਇੱਕ ਐਕਸਪਲੋਜਨ ਬੋਕਸ ਜਿਹਾ ਬਣਾਇਆ ਸੀ, ਥੋੜ੍ਹਾ ਜਿਹਾ ਜਿਵੇਂ ਪੇਪਰ ਪੂਪਰ ਜੋੜ ਕੇ ਫੋਲਡ ਕਰਕੇ ਉਹਦੇ 'ਚ ਥੋੜ੍ਹਾ ਜਿਹਾ ਆਪਣੀ ਪੋਇਮਸ ਵਗੈਰਾ ਵਿੱਚ ਪਾ ਕੇ, ਫੋਟੋਜ਼ ਵਗੈਰਾ ਪਾ ਕੇ ਇੱਕ ਵਧੀਆ ਆਇਆ, ਇੱਕ ਐਕਸਪਲੋਜਨ ਬੋਕਸ ਜਿਵੇਂ ਤੁਸੀਂ ਦੇਖੋਗੇ ਨੈੱਟ 'ਤੇ ਮਿਲ ਜੂਗਾ, ਅਗਰ ਤੁਸੀਂ ਕੋਨਸੈਪਟ ਨਹੀਂ ਸਮਝਦੇ ਹੋ ਲਿਸਨਰਸ ਨੂੰ ਕਹਿ ਰਿਹਾ ਮੈਂ, ਤਾਂ ਉਹ ਉੱਦਾਂ ਦਾ ਮੈਂ ਬਣਾਇਆ ਸੀ, ਅਤੇ ਉਹ ਮਤਲਬ ਮੈਨੂੰ ਵੀ ਯਾਰ ਲੱਗਿਆ ਕਿ ਮਤਲਬ ਕਦੇ ਕਦੇ ਤੁਸੀਂ ਜਿਹੜੀ ਚੀਜ਼ ਤੋਂ ਡਰਦੇ ਹੋ, ਮਤਲਬ ਮੈਂ ਨਹੀਂ ਸੋਚ ਸਕਦਾ ਮੈਂ ਇਹ ਜਿਹੀ ਚੀਜ਼ ਕਦੇ ਕਰ ਸਕਦਾ, ਬਿਕੋਜ਼ ਜੇ ਮੈਨੂੰ ਗ੍ਰੇਡ ਮਿਲਦੇ ਹੁੰਦੇ ਸੀ, ਮਤਲਬ ਸੀ ਡੀ ਤੋਂ ਥੱਲੇ ਦਾ ਗ੍ਰੇਡ ਮਿਲਦੇ ਨਹੀਂ ਸੀ ਡਰਾਇੰਗ 'ਚ, ਅਤੇ ਮਤਲਬ ਹੱਥ ਦੀ ਸਫਾਈ ਹੈ ਨਹੀਂ ਆਪਣੇ ਕੋਲ, ਰੱਬ ਨੇ ਦਿੱਤੀ ਨਹੀਂ ਹੈ, ਬਟ ਉਹ ਚੀਜ਼ ਮੈਂ ਜਦੋਂ ਕੀਤੀ ਮੈਨੂੰ ਬਹੁਤ ਹੀ ਚੰਗਾ ਲੱਗਿਆ, ਬਹੁਤ ਸੈਟਿਸਫਾਈਂਗ ਲੱਗਿਆ, ਆਪਣੇ ਲਈ ਵੀ ਬਹੁਤ ਸੈਟਿਸਫਾਈਂਗ ਲੱਗਿਆ ਕਿ ਯਾਰ ਕੁਛ ਚੀਜ਼ ਇਹ ਜਿਹੀ ਕੀਤੀ ਹੈ ਜਿਸ 'ਚ ਮੈਨੂੰ ਮਤਲਬ ਮੈਂ ਕੰਫਰਟੇਬਲ ਨਹੀਂ ਹਾਂ, ਮੈਂ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਉਹ ਚੀਜ਼ ਕੀਤੀ ਆ, ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਐਂਡ ਬੈਸਟ ਥਿੰਗ ਜਿਹੜੀ ਹੈਗੀ ਆਪਾਂ ਕੋਈ ਵੀ ਆਪਣਾ ਫਰੈਂਡ ਵੀ ਰੱਖ ਲਓ, ਫਰੈਂਡ ਹਾਂ ਹੁੰਦੇ, ਫਰੈਂਡ ਜੋ ਕਲੋਜ਼ ਫਰੈਂਡ ਆ ਉਹਨਾਂ ਨੂੰ ਆਪਾਂ ਮੰਨ ਸਕਦੇ ਹਾਂ, ਪਰ ਕਿਤੇ ਨਾ ਕਿਤੇ ਜਿੱਥੇ ਫੈਮਿਲੀ ਜਾਂ ਆਪਣਾ ਪਾਰਟਨਰ ਹੈ ਨਾ, ਐਟ ਲਾਸਟ ਉਹੀ ਆਪਣੇ ਲਈ ਖੜੇ ਹੁੰਦੇ, ਫਰੈਂਡਸ ਵੀ ਆਪਦੀ ਲਾਈਫ 'ਚ ਬਿਜ਼ੀ ਹੋ ਜਾਂਦੇ, ਰਿਲੇਟਿਵਸ ਨੂੰ ਤਾਂ ਆਪਾਂ ਉਹਨਾਂ ਨੂੰ ਤਾਂ ਐਵੇਂ, ਮੈਂ ਤਾਂ ਜਿੱਥੋਂ ਤਾਈਂ ਮੇਰਾ ਪਰਸਨਲ ਐਕਸਪੀਰੀਅੰਸ ਹੈ, ਰਿਲੇਟਿਵਸ ਕਦੇ ਵੀ ਇੰਨਾ ਉਹ ਨਹੀਂ ਤੁਹਾਡੀ ਮੰਨ ਲਓ ਲਾਈਫ 'ਚ ਇੰਨਾ ਪੋਜ਼ਿਟਿਵਲੀ ਕੰਮ ਕਰਦੇ, ਤਾਂ ਜੇ ਆਪਾਂ ਆਪਣੀ ਫੈਮਿਲੀ ਲਈ ਉਹਨਾਂ ਲਈ ਉਹਨਾਂ ਨੂੰ ਖੁਸ਼ ਕਰਦੇ ਹਾਂ, ਲਾਈਫ ਦਾ ਇਨਰ ਸਰਕਲ ਉਹ ਸਭ ਤੋਂ ਇੰਪੋਰਟੈਂਟ ਹੈ ਮੇਰੇ ਸਾਹਮਣੇ, ਉਹਨਾਂ ਲਈ ਜੇ ਆਪਾਂ ਕੁਛ ਕਰਦੇ ਹਾਂ ਉਹ ਕਰਨ ਨਾਲ ਜੇ ਉਹਨਾਂ ਨੂੰ ਹੈਪੀਨੈਸ ਮਿਲਦੀ ਹੈ, ਤਾਂ ਫੋਰ ਸ਼ੋਰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ। ਅਤੇ ਨਵਜੋਤ, ਆਈ ਥਿੰਕ ਮੈਨੂੰ ਲੱਗਦਾ ਹੁਣ ਆਪਣਾ ਇੱਕ ਟਾਈਮ ਆ ਗਿਆ ਗਾਣਾ ਸੁਣਿਆ ਜਾਵੇ ਵਧੀਆ ਜਿਹਾ, ਕੋਈ ਵੀ ਤੁਸੀਂ
ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਜਾਂ ਚਾਹੇ ਮੈਨੂੰ ਡੈਡੀਕੇਟ ਕਰ ਦਿਓ ਜਾਂ ਕੁਛ ਵੀ ਇੱਦਾਂ ਦਾ ਕੁਛ ਗਾਣਾ ਜਾਂ ਕੱਢ ਕੇ ਸੁਣਾਓ ਜਿਹੜਾ ਮਤਲਬ ਸਾਨੂੰ ਅਤੇ ਲਿਸਨਰਸ ਨੂੰ ਪੂਰਾ ਮਤਲਬ ਇੱਦਾਂ ਨਜ਼ਾਰਾ ਜਾ ਜੇ। ਸੋ ਮੈਂ ਇੱਕ ਸੌਂਗ ਜੋ ਜਸਟ ਅਰਾਊਂਡ 2-3 ਡੇਜ਼ ਅਗੋ ਮੈਂ ਆਪਦੀ ਵਾਈਫ ਨੂੰ ਡੈਡੀਕੇਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਸ ਚੀਜ਼ ਨੂੰ ਆਪਾਂ ਆਪਦੇ ਇਮੋਸ਼ਨਸ ਸ਼ੋ ਕਰਦੇ ਹਾਂ ਤਾਂ ਉਹ ਫੀਲਰ ਟਾਈਪ ਆਪਾਂ ਵੱਜਦੇ ਹਾਂ, ਹਾਂ ਤਾਂ ਉਹ ਮੈਂ ਵੈਸੇ ਹੀ ਇੱਕ ਆਪਦੀ ਸਿੰਗਿੰਗ ਦੇ ਟਾਈਪ ਆਪ ਮੇਰੀ ਵਾਈਫ ਨੂੰ ਭੇਜਿਆ ਸੀ ਤਾਂ ਉਹੀ ਸੌਂਗ ਮੈਂ ਹੁਣ ਵੈਸੇ ਅੱਜ ਚਲੋ ਮੇਰੇ ਕੋਲ ਮੌਕਾ ਹੈ ਕਿ ਉਹਨਾਂ ਨੂੰ ਮੈਂ ਕੁਛ ਡੈਡੀਕੇਟ ਕਰ ਸਕਦਾ ਤਾਂ ਅੱਜ ਉਹੀ ਸੇਮ ਸੌਂਗ ਮੂਵੀ ਕਿਸਮਤ ਐਮੀ ਵਿਰਕ ਸਰਗੁਣ ਮਹਿਤਾ ਫਕੀਰਾ ਸੌਂਗ। ਤੇਰੀ ਯਾਦ ਮੈਨੂੰ ਤੜਪਾਵੇ ਮੈਨੂੰ ਤੇ ਚੈਨ ਨਾ ਆਵੇ ਮੇਰੇ ਜਿਸਮ ਚੋਂ ਮੇਰੇ ਜਾਨੀ ਤੇਰੇ ਜਿਸਮ ਦੀ ਖੁਸ਼ਬੂ ਆਵੇ। ਤੇਰੀ ਯਾਦ ਮੈਨੂੰ ਤੜਪਾਵੇ ਮੈਨੂੰ ਤੇ ਚੈਨ ਨਾ ਆਵੇ ਮੈਨੂੰ ਜਿਸਮ ਚੋਂ ਮੇਰੇ ਜਾਨੀ ਤੇਰੇ ਜਿਸਮ ਦੀ ਖੁਸ਼ਬੂ ਆਵੇ। ਮੈਂ ਚਾਹੇ ਜਾਗਾਂ ਮੈਂ ਚਾਹੇ ਸੋਵਾਂ ਤੰਗ ਕਰਦੇ ਨੇ ਖਿਆਲ ਤੇਰੇ ਹੋ ਫਕੀਰਾ ਹੋ ਫਕੀਰਾ ਮੈਨੂੰ ਲੈ ਜਾ ਤੂੰ ਨਾਲ ਮੇਰੇ ਤੇਰੇ ਬਿਨਾਂ ਕੌਣ ਪੁੱਛੂਗਾ ਮੈਨੂੰ ਮੇਰੇ ਸੱਜਣਾ ਵੇ ਹਾਲ ਮੇਰੇ। ਵਾਹ ਕਿਆ ਬਾਤ ਹੈ, ਮਤਲਬ ਮੈਂ ਤਾਂ ਖੋ ਹੀ ਗਿਆ ਸੀ। ਇੱਕ ਤਾਂ ਇਹ ਇੰਨੀਆਂ ਵਧੀਆ ਵਧੀਆ ਹਵਾਵਾਂ ਚੱਲ ਰਹੀਆਂ ਮਦਮਸਤ ਹਵਾਵਾਂ ਅਤੇ ਉੱਤੋਂ ਇੰਨੀ ਵਧੀਆ ਜਦੋਂ ਹਵਾ ਜੀ ਪਾਈ ਆਹਾ ਕਿਆ ਨਜ਼ਾਰਾ ਹੀ ਆ ਗਿਆ, ਮਤਲਬ ਬਹੁਤ ਹੀ ਵਧੀਆ ਫੀਲ ਹੋ ਰਿਹਾ ਸੀਗਾ। ਅਤੇ ਥੈਂਕ ਯੂ ਐਂਡ ਗਿਵਿੰਗ ਮੀ ਪਲੈਟਫਾਰਮ ਟੂ ਐਕਸਪ੍ਰੈਸ ਮਾਈ ਫੀਲਿੰਗਸ ਐਕਸਪ੍ਰੈਸ ਮਾਈ ਟੈਲੈਂਟ ਐਂਡ ਐਵਰੀਥਿੰਗ।